अमृतसर के रहने वाले जतिन अते प्रदीप कुमार दे भरा दा व्याह समागम सी। घर विच खुशियां अते रौनकां लगियां होईयां सी। जतन दे भूआ दा मुंडा अपनी नवी जिंदगी दी शुरुआत करन जा रहा सी। घर विच सारियां खुशियां उदों गम विच बदल गईयां जदों अनगढ़ फतेह सिंह कलोनी दे रहण वाले एक गग्गू नां दे नौजवान ने चलदे व्याह समागम च घर दीआं औरतां नाल छेड़खानी कीती, जिस तों बाद परिवार मैंबरां ने गग्गू नूं व्याह समागम चों हथ जोड़ के वापस भेज दिता। गल इत्थे ही खत्म नहीं हुंदी। इस गल दा मन च गुस्सा लै के गग्गू वापस तां चला गया। इस तों बाद गग्गू फिर दोबारा वापस आके जो व्याह समागम च हद्दां पार कीतियां गग्गू ने, उसने तां सारे परिवार दीआं खुशियां रोल के रख दित्तियां। अगे सुनो चेतन कुमार दे जुबानी। मेरा नाम चेतन कुमार है जी। कल साढ़े घर जागुए का प्रोग्राम सी, उत्थे वो मुंडा ऑटो वाला बना के सद्या आया सी सवारियां ढोन। वो साढ़े धीआं भैणां नाल छेड़खानी करदा सी। असीं उहनूं समझाया सी, समझा के असीं उहनूं भेजिया ते कहिंदा कोई गल नहीं तुहानूं वेख लांगा, हथियार छड्डे ने हथियार चलाना नहीं असीं भुल्ले, कहिंदा। ते अज्ज असीं साडे सगन सी प्रोग्राम, असीं सगन का प्रोग्राम करके असीं बाहर निकले ते उह बाहर पहले तार ते बैठा होया सी। ਮਹੱਲੇਦਾਰੀ ਕਰਕੇ ਆਇਆ ਸੀ ਉਹਨਾਂ ਦੀ, ਤੇ ਉਹਨਾਂ ਕਰਕੇ ਆਇਆ ਸੀ ਤੇ ਉਹ ਅੱਜ ਪਹਿਲੇ ਬਾਹਰ ਫਰਾਦ ਤੇ ਗਏ ਜੀ ਸੱਟ ਮਾਰਨੀ ਇਹਨਾਂ ਨੂੰ। ਤੁਹਾਨੂੰ ਕਿੱਥੇ ਕਿੱਥੇ ਸੱਟ ਲੱਗੀ ਤੇ ਕੌਣ ਕੌਣ ਜ਼ਖਮੀ ਹੋਏ ਤੇ? ਮੇਰੇ ਦੋ ਭਰਾ ਜ਼ਖਮੀ ਹੋਏ ਤੇ, ਇੱਕ ਮੇਰੀ ਬਾਂਹ ਤੇ ਉਹਨਾਂ ਨੇ ਲਾਈ ਗਿਰਚ ਦੇ, ਇਹਨਾਂ ਦੇ ਮਾਰੀ ਹੈ ਗਿਰਚਾ। ਦੇਖੋ ਭੜਕਣਾ ਪਿਆ, ਫਿਰ ਉਹਨਾਂ ਨੇ ਰੈਫਰ ਕੀਤਾ ਥਾਣੇ ਦੇ ਉੱਤੇ, ਸਿਵਲ ਲਾਈਨ ਥਾਣੇ ਰੈਫਰ ਕੀਤਾ ਤੇ ਇੱਥੇ ਹੁਣ ਦਰਖਾਸਤ ਦੇ ਕੇ ਅਸੀਂ ਡਾਕ ਕਟਾ ਕੇ ਤੇ ਆਪਣਾ ਇਲਾਜ ਕਰਾਉਣ ਚੱਲੇ। ਮੰਗ ਕਰਨੇ ਇਨਸਾਫ ਚਾਹੀਦਾ ਜੀ, ਉਦੋਂ ਉਹਨੂੰ ਫੜਿਆ ਜਾਵੇ। ਢੋਰੀ ਜੀ ਦਰਦ ਬਹੁਤ ਜ਼ਿਆਦਾ ਜੀ, ਸਾਡੇ ਤੇ ਡੇਢ ਘੰਟਾ ਹੋ ਗਿਆ ਤੇ ਤੁਹਾਨੂੰ ਹਲੇ ਕੋਈ ਟ੍ਰੀਟਮੈਂਟ ਤੱਕ ਨਹੀਂ ਮਿਲਿਆ? ਟ੍ਰੀਟਮੈਂਟ ਹੁਣ ਇਹਨਾਂ ਨੇ ਡਾਕ ਕੱਟ ਕੇ ਦਿੱਤੀ ਹੈ ਜੀ, ਹੁਣ ਅਸੀਂ ਜਾਵਾਂਗੇ ਆਪਣਾ ਇਲਾਜ ਕਰਾਉਣ। ਹਾਂਜੀ ਪ੍ਰਧਾਨ ਜੀ, ਕੀ ਕਹਿਣਾ ਚਾਹੁੰਦੇ ਹੋ ਅੱਜ ਸਿਵਲ ਲਾਈਨ ਥਾਣੇ ਪਹੁੰਚੇ ਹੋ? ਦੇਖੋ ਬੜੀ ਮਾੜੀ ਘਟਨਾ ਵਾਪਰੀ ਅੱਜ, ਕਿ ਬੜੇ ਸ਼ਾਂਤਮਈ ਢੰਗ ਨਾਲ ਇੱਕ ਜਿਹੜਾ ਸਗਨ ਦਾ ਸਮਾਗਮ ਹੋ ਰਿਹਾ ਸੀ ਉਹਦੇ ਵਿੱਚ ਸਾਡੇ ਪੱਤਰਕਾਰ ਭਾਈਚਾਰੇ ਨਾਲ ਜੁੜੇ ਹੋਏ ਦੋ ਜਿਹੜੇ ਸ਼ਖਸ ਨੇ, ਜਤਿਨ ਉਹਦਾ ਭਰਾ ਅਤੇ ਇੱਕ ਹੋਰ ਉਹਦਾ ਰਿਸ਼ਤੇਦਾਰ, ਇਹਨਾਂ ਦੇ ਉੱਤੇ ਬੜਾ ਮਤਲਬ ਜਾਨਲੇਵਾ ਹਮਲਾ ਹੋਇਆ। ਤਿੰਨਾਂ ਦੇ ਉੱਤੇ ਕਿਰਚਨਾ ਹਮਲੇ ਕੀਤੇ ਗਏ ਔਰ ਇਹਨਾਂ ਨੂੰ ਪਤਾ ਵੀ ਹੈ ਕਿਹੜਾ ਬੰਦਾ ਜਿਹਨੇ ਹਮਲੇ ਕੀਤੇ ਆ। ਉਸ ਤੋਂ ਬਾਅਦ ਅਸੀਂ ਮੌਕੇ 'ਤੇ ਪਹੁੰਚੇ ਹਾਂ, ਜਤਿਨ ਦਾ ਜਿਸ ਵੇਲੇ ਫੋਨ ਆਇਆ ਵਿਚਾਰਾ ਲਿਟਰਲੀ ਰੋ ਰਿਹਾ ਸੀ ਕਿਉਂਕਿ ਇਹਨਾਂ 'ਤੇ ਜਿਹੜੇ ਹਮਲੇ ਕੀਤੇ ਗਏ, ਛੋਟੀ ਛੋਟੀ ਉਮਰ ਦੇ ਬੱਚੇ ਆ ਜਿਨ੍ਹਾਂ ਦੇ ਉੱਤੇ ਹਮਲੇ ਕੀਤੇ ਗਏ। ਅਤੇ ਉਸ ਤੋਂ ਬਾਅਦ ਅਸੀਂ ਜਦੋਂ ਮੌਕੇ 'ਤੇ ਗਏ ਹਾਂ, ਉਸ ਤੋਂ ਫਿਰ ਆਪਾਂ ਡਾਕਟਰ ਟਾਉਣ ਵਾਸਤੇ ਇੱਥੇ ਹੁਣ ਸਿਵਲ ਲਾਈਨ ਥਾਣੇ ਆਏ ਹਾਂ। ਅਤੇ ਇੱਥੇ ਗਗਨਦੀਪ ਐੱਸ ਐੱਚ ਓ ਨੇ, ਰਕੇਸ਼ ਕੁਮਾਰ ਜਿਹੜੇ ਨੇ ASI ਨੇ, ਇਹਨਾਂ ਨੇ ਬਹੁਤ ਕੋਆਪਰੇਟ ਕੀਤਾ ਸਾਨੂੰ ਔਰ ਹੁਣ ਇਹ ਰੇਡ ਕਰਨ ਵੀ ਜਾ ਰਹੇ ਆ। ਇਸ ਤੋਂ ਪਹਿਲਾਂ ਇਹਨਾਂ ਨੇ ਡਾਕਟਰ ਵਾਸਤੇ ਸਾਰੀ ਜਿਹੜੀ ਆ ਜਾਣਕਾਰੀ ਹਾਸਿਲ ਕਰ ਲਈ ਆ ਔਰ ਇਹਨਾਂ ਨੇ ਭਰੋਸਾ ਦਿੱਤਾ ਕਿ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਏਗੀ। ਖੈਰ ਅਜੇ ਅਸੀਂ ਇਹਨਾਂ ਦੇ ਭਰੋਸੇ 'ਤੇ ਚੱਲ ਰਹੇ ਹਾਂ, ਜਿਹੜਾ ਇਹਨਾਂ ਨੇ ਭਰੋਸਾ ਦਿੱਤਾ ਜੇ ਨਹੀਂ ਇਨਸਾਫ ਮਿਲੇਗਾ ਤਾਂ ਫਿਰ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ। ਪਰ ਫਿਲਹਾਲ ਸਾਨੂੰ ਪੂਰਾ ਯਕੀਨ ਹੈ ਕਿ ਬੜੇ ਕੰਪੀਟੈਂਟ ਆਫੀਸਰਸ ਨੇ ਔਰ ਛੇਤੀ ਹੀ ਇਹ ਹੁਣੇ ਰੇਡ ਕਰਨ ਜਾ ਰਹੇ ਨੇ, ਛੇਤੀ ਹੀ ਜਿਹੜੇ ਕਲਪ੍ਰੀਟਸ ਨੇ ਉਹਨਾਂ ਨੂੰ ਫੜ ਲੈਣਗੇ। ਉੱਧਰ ਇਸ ਪੂਰੇ ਮਾਮਲੇ ਬਾਬਤ ਸਬ ਇੰਸਪੈਕਟਰ ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਹਮਲੇ ਦੌਰਾਨ ਜ਼ਖਮੀ ਹੋਏ ਨੌਜਵਾਨਾਂ ਨੂੰ ਸਿਵਲ ਹਸਪਤਾਲ 'ਚ ਦਾਖਲ ਕੀਤਾ ਗਿਆ ਅਤੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਗੱਗੂ ਦੇ ਅਤੇ ਉਸਦੇ ਸਾਥੀਆਂ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ। ਦੇਖੋ ਨੇ ਜਿਹੜਾ ਮਾਮਲਾ ਸਾਡੇ ਨੋਟਸ ਵਿੱਚ ਆਇਆ ਅਤੇ ਲੜਕੇ ਸੀਗੇ ਜਤਨ, ਉਹਦੇ ਭੂਆ ਜੀ ਦੇ ਬੇਟੇ ਦਾ ਅੱਜ ਸਗਨ ਸੀਗਾ ਪਿਛੋਰੀ ਹਾਲ ਦੇ ਵਿੱਚ, ਇਹ ਸਾਡੀ ਕਚਹਿਰੀ ਚੌਂਕ ਦੇ ਨਾਲ ਹੀ ਪੈਂਦਾ। ਉੱਥੇ ਕੋਈ ਇਹਨਾਂ ਦੇ ਮਹੱਲੇ ਦੇ ਹੀ ਲੜਕੇ ਆਏ ਨੇ ਤਿੰਨ ਚਾਰ, ਅਤੇ ਉਹਨਾਂ ਨੇ ਝਗੜਾ ਕੀਤਾ। ਉਹਦੇ ਵਿੱਚ ਇਹਨਾਂ ਨੂੰ ਜਤਨ ਨੂੰ ਇੱਕ ਪ੍ਰਦੀਪ ਅਤੇ ਇੱਕ ਚੇਤਨ, ਇਹ ਕਜ਼ਨ ਬ੍ਰਦਰ ਹੀ ਨੇ, ਉਹਨਾਂ ਨੂੰ ਚੋਟ ਆਈ ਹੈ। ਸਰ ਕਾਰਨ ਪਤਾ ਲੱਗਾ ਜੀ ਕਿਉਂ ਹਮਲਾ ਕੀਤਾ ਗਿਆ? ਕਾਰਨ ਅਜੇ ਫਿਲਹਾਲ ਤਾਂ ਇਹ ਦੱਸ ਰਹੇ ਨੇ ਵੀ ਕੱਲ੍ਹ ਇਹਨਾਂ ਦਾ ਫੰਕਸ਼ਨ ਘਰ ਵਿੱਚ ਵੀ ਸੀਗਾ, ਉੱਥੇ ਕੋਈ ਇਹਨਾਂ ਨੇ ਕੋਈ ਛੇੜਖਾਨੀ ਕਿਸੇ ਔਰਤ ਨਾਲ ਕੀਤੀ ਹੈ ਅਤੇ ਉਹਦੇ ਸਬੰਧ 'ਚ ਇਹਨਾਂ ਨੂੰ ਮਨਾ ਕੀਤਾ ਗਿਆ ਸੀਗਾ, ਝਿੜਕਿਆ ਗਿਆ ਸੀਗਾ। ਉਸੇ ਰੰਜੇ ਸਬੰਧ 'ਚ ਇਹਨਾਂ ਨੇ ਅੱਜ ਇੱਥੇ ਆਣ ਕੇ ਇਹਨਾਂ ਦਾ ਜਿਹੜਾ ਸਗਨ ਸੀਗਾ ਉੱਥੇ ਬਾਹਰ ਇਹਨਾਂ ਨੇ ਆ ਕੇ ਝਗੜਾ ਕੀਤਾ। ਕਿੰਨੀਆਂ ਕੁ ਸੱਟਾਂ ਲੱਗੀਆਂ ਨੇ? ਇਹ ਵੇਖੋ ਜੀ, ਇਹਨਾਂ ਦੇ ਤਿੰਨਾਂ ਦੇ ਚੋਟਾਂ ਲੱਗੀਆਂ ਨੇ, ਇਹੀ ਉਹਨਾਂ ਦਾ ਡਾਕਟਰ ਕੱਟਿਆ ਅਤੇ ਉਹਨਾਂ ਦਾ ਮੈਡੀਕਲ ਲਈ ਭੇਜ ਦਿੱਤਾ। ਮੁੱਢਲੀ ਕਾਰਵਾਈ 'ਚ ਕੀ ਕੀਤਾ ਜਾ? ਮੁੱਢਲੀ ਕਾਰਵਾਈ ਇਹਨਾਂ ਦੀ ਜੋ ਸਟੇਟਮੈਂਟ ਦੇਣਗੇ ਉਹਦੇ ਮੁਤਾਬਕ ਅਸੀਂ ਜੋ ਕਾਨੂੰਨੀ ਕਾਰਵਾਈ ਬਣਦੀ ਕਰਦੇ ਹਾਂ। ਸਰ ਕਿੰਨੇ ਜਾਣੇ ਆਏ ਸੀ ਉਹਨਾਂ ਨੂੰ? ਇਹਨਾਂ ਦੇ ਦੱਸਣ ਮੁਤਾਬਕ ਦੋਵਾਂ ਦੇ, ਇੱਕ ਗੱਗੂ ਅਤੇ ਇੱਕ ਕੋਈ ਮੁੰਡਾ ਦੀਪੂ ਦੱਸ ਰਹੇ ਆ, ਦੀਪ ਉਹਦਾ ਨਾਂ ਹੈ,
ਬਾਕੀ ਦੋਵਾਂ ਦੇ ਨਾਂ ਨੌਨ ਨੇ ਅਤੇ ਹਾਂ ਉਹ ਅਸੀਂ ਉਹਨਾਂ ਨੂੰ ਰੇਡ ਕਰਕੇ ਅਤੇ ਕਾਬੂ ਕਰਾਂਗੇ। ਅਜਿਹੇ 'ਚ ਦੇਖਣਾ ਹੋਵੇਗਾ ਕਿ ਪੁਲਿਸ ਇਹਨਾਂ ਦੋਸ਼ੀਆਂ ਦੇ ਖਿਲਾਫ ਕੀ ਕਾਰਵਾਈ ਕਰਦੀ ਹੈ ਅਤੇ ਕਦੋਂ ਤੱਕ ਚੁੱਕ ਕੇ ਇਹਨਾਂ ਨੂੰ ਸਲਾਖਾਂ ਪਿੱਛੇ ਸੁੱਟਦੀ ਹੈ। ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।